ਸਤਿ ਸ਼੍ਰੀ ਅਕਾਲ ਪਿਆਰੇ ਸਾਥੀਓ, ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਯੂਟਿਊਬ ਚੈਨਲ 'ਤੇ। 3704 ਅਸਾਮੀਆਂ ਦੇ ਜੋ ਸਟੇਸ਼ਨ ਅਲੋਟਮੈਂਟ ਦੀ ਕੈਂਡੀਡੇਟ ਵੇਟ ਕਰ ਰਹੇ ਸੀ, ਆਖਿਰਕਾਰ ਇੰਤਜ਼ਾਰ ਖਤਮ ਹੋਇਆ। ਇਹਨਾਂ ਨੇ ਲੈਟਰ ਜਾਰੀ ਕੀਤੀ ਹੈ, SSA ਪੰਜਾਬ ਦੀ ਵੈਬਸਾਈਟ 'ਤੇ ਅਜੇ ਸ਼ੋਅ ਹੋਈ ਹੈ, ਐਜੂਕੇਸ਼ਨ ਰਿਕਰੂਟਮੈਂਟ ਦੀ ਸਾਈਟ 'ਤੇ ਜਲਦੀ ਸ਼ੋਅ ਹੋ ਜਾਏਗੀ। ਇਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਜਿਹੜੇ ਕੈਂਡੀਡੇਟ ਸਿਲੈਕਟ ਹੋਏ ਨੇ, ਇਹਦੇ ਵਿੱਚ ਵਿਸ਼ਾ ਹਿੰਦੀ, ਪੰਜਾਬੀ ਅਤੇ SST ਤਿੰਨਾਂ ਦਾ ਹੱਲੇ ਪਾਇਆ। ਨਵਨਿਯੁਕਤ ਅਧਿਆਪਕਾਂ ਨੂੰ ਯਾਨੀ ਸਟੇਸ਼ਨ ਲੋਡ ਕੀਤੇ ਜਾਣੇ ਨੇ ਯੂ ਮੈਪ ਰਾਹੀਂ। ਯੂ ਮੈਪ 'ਤੇ ਤੁਸੀਂ ਮੀਟਿੰਗ ਕਰਦੇ, ਤੁਹਾਨੂੰ ਟ੍ਰੇਨਿੰਗ 'ਚ ਦੱਸਿਆ ਸੀ ਕਿਸ ਤਰ੍ਹਾਂ ਯੂਜ਼ ਕਰਨਾ, ਅਤੇ ਵਟਸਐਪ 'ਤੇ ਤੁਹਾਡੇ ਜਿਹੜਾ ਗਰੁੱਪ ਬਣੇ ਨੇ ਉਹ ਬਣ ਗਏ ਨੇ, ਉਹਨਾਂ 'ਚ ਤੁਹਾਨੂੰ ਲਿੰਕ ਆਏਗਾ ਅਤੇ ਤੁਸੀਂ ਸਟੇਸ਼ਨ ਚੂਜ਼ ਕਰਨੇ ਨੇ। ਤੁਹਾਡੇ ਨਾਲ ਮੀਟਿੰਗ ਹੋਏਗੀ, ਜੋ ਤੁਹਾਨੂੰ ਸਟੇਸ਼ਨ ਦਿੱਤਾ ਜਾਏਗਾ ਉਹ ਤੁਹਾਨੂੰ ਲੈਣਾ ਹੋਏਗਾ। ਇਹਦੇ ਵਿੱਚ ਹਿੰਦੀ ਵਿਸ਼ੇ ਦੇ ਜੋ ਸਟੇਸ਼ਨ ਅਲੋਟਮੈਂਟ 17 ਅਪ੍ਰੈਲ ਨੂੰ, ਪੰਜਾਬੀ ਦੀ ਵੀ 17 ਅਪ੍ਰੈਲ ਨੂੰ, ਸਮਾਜਿਕ ਸਿੱਖਿਆ ਦੀ 18 ਅਪ੍ਰੈਲ ਨੂੰ 11 ਵਜੇ ਯੂ ਮੀਟਿੰਗ ਹੋਏਗੀ। ਸਾਰੇ ਅਧਿਆਪਕਾਂ ਦੀ ਇੱਕ ਦਿਨ 'ਚ ਹੀ ਹੋਏਗੀ। ਸਿਰਫ ਵਿਸ਼ਾਵਾਰ ਸਟੇਸ਼ਨ ਚੋਣ ਸੂਚੀ ਅਨੁਸਾਰ ਸਟੇਸ਼ਨ ਅਲਾਟਮੈਂਟ ਕੇਵਲ ਅਤੇ ਕੇਵਲ ਉਪਰੋਕਤ ਵਿਧੀ ਅਨੁਸਾਰ ਔਨਲਾਈਨ ਕੀਤੀ ਜਾਏਗੀ। ਅਗਰ ਕੋਈ ਨਵਨਿਯੁਕਤ ਅਧਿਆਪਕ ਆਪਣੇ ਸਟੇਸ਼ਨ ਅਲਾਟਮੈਂਟ ਲਈ ਉੱਚ ਅਧਿਕਾਰੀਆਂ ਪਾਸ ਕਿਸੇ ਤਰ੍ਹਾਂ ਪਹੁੰਚ ਕਰਾਏਗਾ ਅਤੇ ਕਿਸੇ ਤਰ੍ਹਾਂ ਸਿਫਾਰਸ਼ ਕਰੇਗਾ ਤਾਂ ਉਸ ਦੀ ਪਸੰਦ ਅਨੁਸਾਰ ਸਟੇਸ਼ਨ ਅਲੋਟ ਨਹੀਂ ਕੀਤਾ ਜਾਏਗਾ, ਵਿਭਾਗ ਵੱਲੋਂ ਆਪਣੇ ਆਪ ਸਟੇਸ਼ਨ ਦਿੱਤਾ ਜਾਏਗਾ। ਇਸ ਸੰਬੰਧੀ ਪਹਿਲਾਂ ਹੀ ਪੰਜਾਬ ਸਰਕਾਰ ਦੇ ਸਰਕਾਰੀ ਕਰਮਚਾਰੀ ਰੂਲ 1966 'ਚ ਦੱਸਿਆ ਗਿਆ। ਯਾਨੀ ਇਹ ਜੋ ਰੂਲ ਹੈ ਤੁਸੀਂ ਐਫੀਡੈਵਿਟ 'ਚ ਵੀ ਲਿਖਿਆ ਹੋਏਗਾ, ਜਿਸ 'ਚ ਕੋਈ ਸਿਫਾਰਸ਼ ਦੇ ਨਾਲ ਸਟੇਸ਼ਨ ਨਹੀਂ ਮਿਲਦਾ, ਜੋ ਸਟੇਸ਼ਨ ਤੁਹਾਨੂੰ ਦਿੱਤਾ ਜਾਏਗਾ ਉਹੀ ਤੁਸੀਂ ਲੈਣਾ। ਸੋ ਇਸ ਲਈ ਨਵਨਿਯੁਕਤ ਅਧਿਆਪਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਟੇਸ਼ਨ ਅਲਾਟਮੈਂਟ ਲਈ ਵਿਭਾਗ ਦੇ ਕਿਸੇ ਵੀ ਤਰ੍ਹਾਂ ਦੇ ਬਾਹਰੀ ਦਬਾਅ ਪਾਉਣ ਤੋਂ ਗਰੇਜ਼ ਕਰਨ, ਯਾਨੀ ਇਹ ਚੀਜ਼ਾਂ ਨੂੰ ਸਿਫਾਰਸ਼ ਵਗੈਰਾ ਨਾ ਕਰਨ। ਹੁਣ ਤੁਹਾਨੂੰ ਮੈਂ ਵੈਬਸਾਈਟ 'ਤੇ ਲੈ ਕੇ ਜਾਂਦਾ SSA ਦੀ, ਉੱਥੇ ਤੁਹਾਨੂੰ ਸਾਰਾ ਸ਼ੋਅ ਹੋ ਜਾਏਗਾ। ਸੋ ਤੁਸੀਂ SSA ਪੰਜਾਬ ਕਰੋਮ 'ਤੇ ਟਾਈਪ ਕਰਨਾ, ਇਹ SSA ਦੀ ਸਾਈਟ ਖੁੱਲ੍ਹ ਗਈ। ਇਹਦੇ ਵਿੱਚ ਜਸਟ ਹੁਣੇ ਹੀ ਥੱਲੇ ਸ਼ੋਅ ਹੋਇਆ, ਇੱਥੇ ਤੁਹਾਨੂੰ ਆ ਜਾਏਗਾ ਸਟੇਸ਼ਨ ਅਲੋਟਮੈਂਟ ਦਾ। ਸਭ ਤੋਂ ਉੱਪਰ ਹੀ ਨੋਟਿਸ ਆਏਗਾ ਤੁਹਾਨੂੰ, ਸਟੇਸ਼ਨ ਅਲੋਟਮੈਂਟ ਨਿਊਲੀ ਰਿਕਰੂਟਡ ਮਾਸਟਰ ਕੈਡਰ, ਅਤੇ ਇਹ ਦੇਖ ਸਕਦੇ ਹੋ ਇਹਦੇ ਵਿੱਚ ਪੰਜਾਬੀ, ਹਿੰਦੀ ਅਤੇ ਸੋਸ਼ਲ ਸਾਇੰਸ ਤਿੰਨਾਂ ਦਾ ਅਜੇ ਪਾਇਆ ਹੈ। ਇਹਦਾ ਤੁਸੀਂ ਸਕਰੀਨਸ਼ੋਟ ਲੈ ਲਓ, ਬਾਕੀ ਇਹਦੇ ਵਿੱਚ ਤੁਸੀਂ ਕਲਿੱਕ ਕਰਨਾ, ਇੱਥੇ ਤੁਹਾਨੂੰ ਲਿਸਟਾਂ ਸ਼ੋਅ ਹੋ ਜਾਣਗੀਆਂ। ਇਹ ਲਿਸਟ ਮੈਂ ਡਾਊਨਲੋਡ ਕੀਤੀ ਸੀ ਪਹਿਲੇ, ਇਹਦੇ ਵਿੱਚ ਉਹਨਾਂ ਨੇ ਰੋਸਟਰ ਬਣਾਇਆ। ਰੋਸਟਰ ਪਹਿਲੇ ਮੰਗਣ ਲਈ ਉਹਨਾਂ ਨੇ ਮੰਗ ਕੀਤੀ ਸੀ ਕਿ ਹੈਂਡੀਕੈਪ, ਕੈਂਸਰ ਪੇਸ਼ੈਂਟ ਜਾਂ ਵਿਧਵਾ ਔਰਤ, ਉਹਨਾਂ ਨੂੰ ਲੈਟਰ ਪਾਈ ਸੀ, ਤੁਹਾਨੂੰ ਮੈਂ ਪਹਿਲੇ ਵੀਡੀਓ 'ਚ ਦੱਸਿਆ ਸੀ, ਉਹਦੇ ਅਨੁਸਾਰ ਹੀ ਬਣਿਆ। ਅਤੇ ਇਹ ਰੋਸਟਰਡ ਹੈ, ਇਹਦੇ ਹਿਸਾਬ ਦੇ ਨਾਲ ਟੋਟਲ ਜੋ ਪੋਸਟਾਂ ਦੇ ਵਿੱਚ ਸਿਲੈਕਟ ਕੈਂਡੀਡੇਟ 194 ਕੈਂਡੀਡੇਟ ਨੇ, ਰਜਿਸਟ੍ਰੇਸ਼ਨ ਨੰਬਰ ਲਿਖਿਆ ਹੋਇਆ, ਫਾਦਰ ਨੇਮ ਲਿਖਿਆ, ਜਿਸ ਤਰ੍ਹਾਂ ਪਹਿਲੇ ਹੈਂਡੀਕੈਪ ਨੂੰ ਦਿੱਤਾ ਗਿਆ, ਫਿਰ ਐਕਸ ਸਰਵਿਸ ਮੈਨ ਨੂੰ, ਫਿਰ SC MND, ਫਿਰ ਜਨਰਲ R&O ਜਨਰਲ ਐਕਸ ਸਰਵਿਸ ਮੈਨ BC, ਇਸੇ ਤਰ੍ਹਾਂ ਰੋਸਟਰ ਬਣਿਆ। ਇਸੇ ਤਰ੍ਹਾਂ ਤੁਸੀਂ ਬਾਕੀ ਲਿਸਟਾਂ ਚੈੱਕ ਕਰ ਸਕਦੇ ਹੋ। ਜੇ ਮੈਂ ਇੱਥੇ ਪੰਜਾਬੀ ਦੀ ਗੱਲ ਕਰਾਂ, ਪੰਜਾਬੀ ਦੀਆਂ ਪੋਸਟਾਂ ਕਾਫੀ ਘੱਟ ਸੀ, ਇਹ ਪੰਜਾਬੀ ਦਾ ਰੋਸਟਰ ਹੈ। ਇਹਦੇ ਵਿੱਚ ਵੀ ਪਹਿਲੇ ਹੈਂਡੀਕੈਪ ਕੈਂਡੀਡੇਟ ਨੂੰ ਉੱਪਰ ਰੱਖਿਆ ਗਿਆ, ਫਿਰ ਐਕਸ ਸਰਵਿਸ ਮੈਨ, MND, ਜਨਰਲ, R&O, ਇਹ ਰੋਸਟਰ ਹੈ। ਇਸ ਹਿਸਾਬ ਦੇ ਨਾਲ ਸਟੇਸ਼ਨ ਦੇਣੇ ਨੇ। ਟੋਟਲ ਇੱਥੇ ਪੋਸਟਾਂ 164 ਦੱਸੀਆਂ ਗਈਆਂ ਨੇ। ਇਸੇ ਤਰ੍ਹਾਂ ਹਿੰਦੀ ਦੀ ਲਿਸਟ ਵੀ ਚੈੱਕ ਕਰ ਸਕਦੇ ਹੋ। ਤੁਸੀਂ ਜਿਹੜੇ ਕੈਂਡੀਡੇਟ ਸਿਲੈਕਟ ਹੋਏ ਨੇ ਉਹ ਆਪਣੀ ਲਿਸਟ ਦੇ ਹਿਸਾਬ ਦੇ ਨਾਲ ਦੇਖਣਗੇ। 185 ਕੈਂਡੀਡੇਟਸ ਨੇ, ਇਹਦੇ ਵਿੱਚ ਵੀ ਹੈਂਡੀਕੈਪ, ਫਿਰ MND, ਫਿਰ ਜਨਰਲ, ਇਸ ਤਰ੍ਹਾਂ ਹੀ ਰੋਸਟਰ ਬਣਿਆ ਹੈ। ਯਾਨੀ ਸਭ ਤੋਂ ਪਹਿਲੇ ਹੈਂਡੀਕੈਪ ਨੂੰ ਹੀ ਸਟੇਸ਼ਨ ਦਿੱਤਾ ਜਾਂਦਾ ਹੈ, ਇਹ ਰੂਲ ਹੈ। ਬਾਕੀ ਸਿਫਾਰਸ਼ ਕੋਈ ਨਹੀਂ ਚੱਲੇਗੀ, ਇੰਪਲਾਈ ਐਕਟ 1966 ਦੇ ਅਕੋਰਡਿੰਗ ਜੋ ਤੁਹਾਨੂੰ ਸਟੇਸ਼ਨ ਮਿਲਣਾ ਹੈ ਉਹੀ ਤੁਸੀਂ ਲੈਣਾ। ਯੂ ਮੈਪ ਤੁਸੀਂ ਯੂ ਮੀਟਿੰਗ ਕਿੱਦਾਂ ਅਟੈਂਡ ਕਰਨੀ ਟ੍ਰੇਨਿੰਗ 'ਚ ਦੇਖਿਆ ਹੋਏਗਾ, ਉਹਦੇ ਹਿਸਾਬ ਦੇ ਨਾਲ ਤੁਸੀਂ ਦੇਖ ਲੈਣਾ। ਬਾਕੀ ਐਜੂਕੇਸ਼ਨ ਰਿਕਰੂਟਮੈਂਟ ਬੋਰਡ ਦੀ ਸਾਈਟ ਓਪਨ ਕਰਕੇ ਦੱਸ ਦਿੰਦਾ, ਸ਼ਾਇਦ ਉਹਦੇ 'ਤੇ ਕੋਈ ਅਪਡੇਟ ਆ ਗਈ ਹੋਵੇ। ਹਾਲੇ ਤੱਕ ਉਹਦੇ 'ਤੇ ਕੋਈ ਅਪਡੇਟ ਸ਼ੋਅ ਨਹੀਂ ਹੋਈ, ਜਲਦੀ ਹੀ ਸ਼ੋਅ ਹੋ ਜਾਏਗੀ। ਇੱਥੇ ਅਪੁਆਇੰਟਮੈਂਟ ਲੈਟਰ ਵਾਲੀ 12 ਤਰੀਕ ਦੀ ਹੀ ਪਈ ਹੈ, ਅਤੇ ਜਿਸ ਤਰ੍ਹਾਂ ਸੈਕਟਰੀ ਸਾਹਿਬ ਨੇ ਦੱਸਿਆ ਸੀ ਕਿ ਤੁਹਾਡੇ ਜੋ ਔਰਡਰ ਹੈ ਤੁਹਾਡੀ ਲੌਗਇਨ ਆਈਡੀ 'ਤੇ ਆ ਜਾਣਗੇ, ਯਾਨੀ ਜੋ ਤੁਸੀਂ ਚੂਜ਼ ਕੀਤਾ ਹੈ ਅਗਲੇ ਦਿਨ। ਯਾਨੀ ਮੰਨ ਲਓ 17 ਅਪ੍ਰੈਲ ਨੂੰ ਤੁਸੀਂ ਸਟੇਸ਼ਨ ਲੈਂਦੇ ਹੋ, 18 ਅਪ੍ਰੈਲ ਨੂੰ ਤੁਹਾਡੇ ਔਰਡਰ ਆ ਜਾਣਗੇ ਤੁਹਾਡੀ ਆਈਡੀ 'ਚ, ਉਹਦਾ PDF ਕਢਾ ਕੇ ਤੁਸੀਂ ਜੋ ਤੁਹਾਨੂੰ ਦੱਸਿਆ ਹੋਵੇਗਾ
भी जां तुसीं डी ऑफिस पहले जाना जिले की एंडोर्स लगानी है जां तुसीं सीधा स्कूल जाना है। जिस तरह दस्या होगा जाना है तो अपने जो डॉक्यूमेंट ज्वाइनिंग डॉक्यूमेंट सारे वो प्रिंट आउट लैके तैयार रखो तो मैडिकल तो एफीडेविट जिन्हां का बन गया भी नाल लैके जाना है। ये जरूरी डॉक्यूमेंट ने। तो धन्यवाद वीडियो देखने लई। जिवें ही कोई होर अपडेट आती है तुहानू सब तो पहले प्रोवाइड करवा दी जाएगी। तो चैनल दे नाल बने रहना होर अपडेट लई ये तुसीं देख सकते हो। धन्यवाद वीडियो देखने लई। तो किसी तरह की जो कोई दिक्कत आती है तुसीं मैनू व्हाट्सएप पर कंटैक्ट कर सकते हो जां तुसीं कॉल कर सकते हो। तो जूम ऐप नूं इंस्टॉल कर लेना है। अपडेट करने वाला तो उन्हें अपडेट जरूर कर लेना है। तो लिंक किदां प्रोवाइड करवाया जाएगा वो तुहानू दसदा है। तुहाडे ग्रुप च ही आएगा होर कितों लिंक नहीं आएगा। बाकी उहदे बाद तुसीं अपना इंटरनेट जो कनैक्टिविटी सही रखनी है वाईफाई दे विच जाओ तो सब तो वधिया है। जिथे वाईफाई चलता उत्थे जाके तुसीं ये काम करवा लेना है। क्योंकि जे आवाज़ नहीं आई तो फिर तुहानू समझ नहीं आएगी। तो इसलिए प्रोपर वॉइस कलैरिटी होना बहुत जरूरी है। उसी हिसाब के नाल तुहानू स्टेशन मिलना है। ये बहुत एक जरूरी सुजैशन सी। इहनू दिमाग च जरूर रखियो। जे तुहाडे एरिए च मोबाइल का नैटवर्क सही है तो मोबाइल तो कर सकते हो, नहीं तो तुसीं इहदा सहारा मोबाइल ते जे नैट वीक है तुसीं फिर कैफे ते जाके वाईफाई दे नाल इहदा लाहा लै सकते हो। धन्यवाद वीडियो देखने लई। ज़्यादा तो ज़्यादा वीडियो जरूर शेयर कर दिओ ताकि सारे फ्रेंड्स नूं हैल्प हो सके। धन्यवाद।